ਉਚਾਲ ਆਇਆ ਅਤੇ ਚਲਿਆ ਗਿਆ ਅਣਗਿਣਤ ਲੋਕ ਮਾਰੇ ਗਏ ਘਰ ਟਹਿ ਗਏ ਰੁੱਖ ਓਖੜ ਗਏ ਇੱਕ ਚਿੜੀ ਤੇ ਚਿੜਾ ਬਚ ਗਏ ਉਹ ਉੜਦੇ ਉੜਦੇ ਇੱਕ ਠੱਠੇ ਹੋਏ ਘਰ ਚ ਜਾਵੜੇ ਇੱਕ ਸੁਰੱਖਿਅਤ ਜਾਪ ਦਾ ਖੁੰਝਾ ਉਹਨਾਂ ਜਾ ਮੱਲਿਆ ਉੱਥੋਂ ਉਹਨਾਂ ਨੂੰ ਉਡਾਉਣ ਵਾਲਾ ਕੋਈ ਨਹੀਂ ਸੀ ਕੁਝ ਹੋਸ਼ ਆਈ ਤਾਂ ਚਿੜੇ ਨੇ ਕਿਹਾ ਸ਼ੁਕਰ ਹੈ ਜਾਨ ਤਾਂ ਬਚੀ ਪਰ ਚਿੜੀ ਹਾਲੇ ਵੀ ਡਰੀ ਹੋਈ ਸੀ ਉਹ ਕੰਬਦੀ ਆਵਾਜ਼ ਵਿੱਚ ਬੋਲੀ ਅਜੇ ਕੀ ਪਤਾ ਫੇਰ ਤੂਫਾਨ ਆ ਜਾਵੇ ਇਸ ਘਰ ਦੀ ਕੋਈ ਛੱਤ ਵੀ ਤਾਂ ਨਹੀਂ ਮੈਂ ਤਾਂ ਕਹਿੰਨੀ ਆ ਕਿ ਆਪਾਂ ਇੱਥੋਂ ਕਿਸੇ ਦੂਰ ਦੁਰਾਡੇ ਦੇਸ਼ ਚੱਲ ਚਲੀਏ ਚਿੜੇ ਨੇ ਗੁੱਸੇ ਹੋ ਕੇ ਆਖਿਆ ਕਿਉਂ ਚਿੜਚਿੜ ਕਰੀ ਜਾਂਦੀ ਏ ਉਥੇ ਪਹੁੰਚਾਲ ਨਹੀਂ ਆ ਸਕਦਾ ਆਪਣਾ ਦੇਸ਼ ਛੱਡ ਕੇ ਨਹੀਂ ਜਾਈਦਾ ਨਵੀਂ ਥਾਂ ਨਵੀਆਂ ਮੁਸੀਬਤਾਂ ਜਿਹੜੀ ਚੁੱਪ ਰਹੀ ਅਗਲੇ ਦਿਨ ਸਵੇਰੇ ਉਹਨਾਂ ਨੇ ਹਿੰਮਤ ਨਾਲ ਇੱਕ ਇੱਕ ਤੀਲਾ ਇਕੱਠਾ ਕਰਕੇ ਕੰਮ ਚਲਾਉ ਆਲਣਾ ਬਣਾ ਲਿਆ ਚਿੜੀ ਨੂੰ ਭੁੱਖ ਲੱਗੀ ਤਾਂ ਉਸਨੇ ਚਿੜੀ ਦੀ ਖੂਬ ਤਾਰੀਫ ਕੀਤੀ ਤੇ ਖਿਚੜੀ ਬਣਾਉਣ ਲਈ ਗਿਆ ਖਿਚੜੀ ਖੁਸ਼ ਹੋਈ ਉਸਨੇ ਨਕੀਆਂ ਨਕੀਆਂ ਇੱਟਾਂ ਦਾ ਚੁੱਲ੍ਹਾ ਬਣਾਇਆ ਘਰ ਵਿੱਚੋਂ ਹੀ ਲੱਕੜੀ ਦੇ ਛੋਟੇ-ਛੋਟੇ ਟੁਕੜੇ ਇਕੱਠੇ ਕਰਕੇ ਕਿਸੇ ਤਰ੍ਹਾਂ ਅੱਗ ਬਾਲੀ ਤੇ ਖਿਚੜੀ ਪਕਾਈ ਦੋਵੇਂ ਨੇ ਰੱਜ ਕੇ ਖਾਧੀ ਬਸ ਫੇਰ ਕੀ ਸੀ ਉਹਨਾਂ ਦੀ ਦੇਖਾ-ਦੇਖੀ ਹੌਲੀ-ਹੌਲੀ ਦੂਜੇ ਪੰਛੀ ਤੇ ਜਨੌਰ ਵੀ ਗੁਆਣ ਚਾਕੇ ਰਹਿਣ ਲੱਗੇ ਉਹ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ ਚਿੜੀ ਨੇ ਹੌਲੀ ਜਹੀ ਚਿੜੇ ਦੇ ਕੰਨ 'ਚ ਕਿਹਾ ਇਹਨਾਂ ਦਾ ਇੱਥੇ ਕੀ ਕੰਮ? ਚਿੜੇ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਕਹਿਣ ਲੱਗਾ ਕੋਈ ਗੱਲ ਨਹੀਂ ਸਾਡਾ ਆਲਣਾ ਬਹੁਤ ਉੱਚਾ ਹੈ। ਇਹ ਇੱਥੇ ਨਹੀਂ ਚੜ ਸਕਦੇ। ਤੂੰ ਨਿਸ਼ਚਿੰਤ ਰਹਿ। ਚੁੱਪਚਾਪ ਆਪਣਾ ਵਕਤ ਗੱਢੀਏ। ਬਚਾਅ ਵਿੱਚ ਹੀ ਪਚਾਅ ਹੈ। ਇਹ ਆਪਣੇ ਸ਼ਰੀਕ ਨੇ ਚਿੜੀ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਚਿੜੇ ਨੇ ਵਿਚੋ ਹੀ ਟੋਕਦਿਆਂ ਆਖਿਆ ਉਹੀ ਕੀਤੀ ਨਾ ਤੀਮੀਆਂ ਵਾਲੀ ਚਲਾਕੀ ਕਮਲਿਏ ਇਹ ਆਪਣੇ ਭਾਈਵੰਦ ਨੇ ਦੁੱਖ ਸੁੱਖ ਦੇ ਸਾਥੀ ਲੋੜ ਵੇਲੇ ਇਹੀ ਕੰਮ ਆਉਂਦੇ ਹੁੰਦੇ ਨੇ ਸਮਝੀ ਚਿੜੀ ਨੇ ਸਿਆਣਪ ਤੋਂ ਕੰਮ ਲਿਆ ਐਵੇਂ ਗੱਲ ਵਧਾਈ ਜਾਣੀ ਕਲੇਸ਼ ਦਾਸ ਬੱਬ ਬਣ ਜਾਂਦੀ ਚਿੜੀ ਨੇ ਸਮਝ ਲਿਆ ਕਿ ਉਹ ਸਮਝ ਗਈ ਕੁਝ ਦਿਨ ਲੰਘ ਗਏ ਉੱਥੇ ਲਾਗਲੇ ਘਰਾਂ ਵਿੱਚ ਲੋਕ ਆਣੇ ਸ਼ੁਰੂ ਹੋ ਗਏ ਚਿੜੀ ਤੋਂ ਹੋਰ ਚੁੱਪ ਨਾ ਰਿਹਾ ਗਿਆ ਉਹ ਬੋਲ ਉੱઠી ਹੁਣ ਕੀ ਕੀਤਾ ਜਾਵੇ ਚਿੰਤਾ ਤਾਂ ਚਿੜੇ ਨੂੰ ਵੀ ਹੋਈ ਪਰ ਉਹ ਡਰਪੋਕ ਨਹੀਂ ਸਿਕਾਉਣਾ ਚਾਹੁੰਦਾ ਡਰੀ ਹੋਈ ਦਲੇਰੀ ਨਾਲ ਉਹ ਬੋਲਿਆ ਤੂੰ ਘਬराई ਕਿਉਂ ਜਾਂਦੀ ਹੈ ਕਾਂ ਕਬੂਤਰ ਘਟਾਰਾਂ ਤੇ ਘੁਗੀਆਂ ਜਦੋਂ ਇਸ ਘਰ ਦਾ ਮਾਲਕ ਆਵੇਗਾ ਤਾਂ ਦੇਖ ਲਵਾਂਗੇ ਚਿੜੀ ਨੇ ਹੰਗਾਰਾ ਦਿੱਤਾ ਗੱਲ ਤਾਂ ਤੇਰੀ ਸਹੀ ਹੈ ਪਰ ਮੈਨੂੰ ਆਦਮੀਆਂ ਤੋਂ ਬਹੁਤ ਡਰ ਲੱਗਦਾ ਹੈ ਇਹ ਗੋਲੀ ਮਾਰਨ ਲੱਗਿਆ ਅੱਗਾ ਪਿੱਛਾ ਨਹੀਂ ਦੇਖਦੇ ਜਿਹੜੇ ਨੇ ਉਸ ਦੀ ਹੰਮੀ ਭਰਦੇ ਆਖਿਆ ਚਲੋ ਕਾਂ ਨਾਲ ਸਲਾਹ ਕਰਕੇ ਦੇਖਦੇ ਹਾਂ ਉਹ ਬੜਾ ਹੁਸ਼ਿਆਰ ਹੈ ਸਭ ਤੋਂ ਚਲਾਕ ਕੋਈ ਨਾ ਕੋਈ ਰਾਹ ਨਿਕਲ ਆਏਗਾ ਕਾਂ ਨੇ ਧੀਰਜ ਨਾਲ ਸਾਰੀ ਗੱਲ ਸੁਣ ਕੇ ਉਹਨਾਂ ਨੂੰ ਹੌਸਲਾ ਦਿੱਤਾ ਅਸੀਂ ਸਾਰੇ ਇਕੱਠੇ ਰਹਾਂਗੇ ਚਿੰਤਾ ਨਾ ਕਰੋ ਮੇਰੀ ਅੱਖ ਬੜੀ ਤੇਜ ਹੈ ਦੂਰੋਂ ਸਭ ਕੁਝ ਦੇਖ ਲੈਂਦੀ ਹੈ ਮੈਂ ਚੋਰੀ-ਚੋਰੀ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਾਗਾ ਫੇਰ ਤੁਹਾਨੂੰ ਦੱਸਾਂਗਾ ਕਿ ਇਹਨਾਂ ਦੇ ਮਨ ਵਿੱਚ ਕੀ ਹੈ। ਕਾਂ ਉਡਾਰੀ ਮਾਰ ਕੇ ਇੱਕ ਹਵੇਲੀ ਦੀ ਛੱਤ ਤੇ ਜਾ ਬੈਠਾ। ਖੁੱਲੇ ਵਿਹੜੇ ਵਿੱਚ ਆਦਮੀਆਂ ਦਾ ਜਲਸਾ ਹੋ ਰਿਹਾ ਸੀ। ਇੱਕ ਨੇਤਾ ਭਾਸ਼ਣ ਦੇ ਰਿਹਾ ਸੀ। ਅਸੀਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ। ਗੌਰਵ ਯਾਤਰਾ ਬੜੀ ਸ਼ਾਂਤੀ ਨਾਲ ਸੰਪੂਰਨ ਹੋਈ ਹੈ। ਸਾਡੇ ਦੇਸ਼ ਵਿੱਚ ਲੋਕਤੰਤਰ ਹੈ। ਤੇ ਲੋਕਤੰਤਰ ਦੀ ਸ਼ਰਤ ਹੁੰਦੀ ਹੈ ਇਲੈਕਸ਼ਨ ਅਸੀਂ ਇਲੈਕਸ਼ਨ ਕਰਾਵਾਂਗੇ ਅਤੇ ਜਿੱਤਾਂਗੇ ਕਿਸੇ ਨੇ ਲੋਕਾਂ ਵਿੱਚੋਂ ਖੜੇ ਹੋ ਕੇ ਸਵਾਲ ਕੀਤਾ ਕੀ ਇਹ ਵਾਜਬ ਹੈ ਕਿ ਜਦੋਂ ਜਨਤਾ ਦੀਆਂ ਭਾਵਨਾਵਾਂ ਭੜਕੀਆਂ ਹੋਣ ਤਾਂ ਚੋਣਾਂ ਕਰਵਾਈਆਂ ਜਾਣ ਇਹ ਬਾਅਦ ਵਿੱਚ ਨਹੀਂ ਕਰਵਾਈਆਂ ਜਾ ਸਕਦੀਆਂ ਜਦ ਅਮਨ ਚੈਨ ਹੋਵੇ ਨੇਤਾ ਨੇ ਬੜੇ ਆਰਾਮ ਨਾਲ ਮੁਸਕਰਾਉਂਦਿਆਂ ਹੋਇਆ ਕਿਹਾ ਸਾਡੇ ਰਾਸ਼ਟਰਪਤੀ ਜੀ ਦਾ ਫਰਮਾਨ ਹੈ ਜੋ ਕੱਲ ਕਰਨਾ ਹੈ ਅੱਜ ਕਰ ਵੇੜਾ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ ਕਾਂ ਉੱਡ ਕੇ ਚਿੜੇ ਕੋਲ ਆਇਆ ਤੇ ਉਸ ਨੂੰ ਖੁਸ਼ਖਬਰੀ ਦਿੱਤੀ ਅਜੇ ਆਦਮੀ ਆਪਸ ਵਿੱਚ ਲੜ ਰਹੇ ਨੇ ਸਾਨੂੰ ਜਨੌਰਾਂ ਨੂੰ ਕੋਈ ਖਤਰਾ ਨਹੀਂ